तंदरुस्ती वास्ते सब तो पहला एनवायरमेंट जरूरी है, शुद्ध हवा, शुद्ध पानी, शुद्ध खुराक साडा मौलिक अधिकार है, राइट टू लिव साडा मौलिक अधिकार खोया होया। जे असीं इह मंगांगे पोलिटिकल पार्टियां तो ता ही वह मजबूर होके इहदे विच पाउणगीआं ते इहदा हल लभणगीआं। असीं लोकां नूं वी जगाउणा, पोलिटिकल पार्टियां नूं वी, ते इह लोकां जिहड़े जदों तुहाडे पिंडां विच आउंदे आ तुहाडे जिहड़े कैंडीडेट किसी भी पार्टी दा, उहदों कोल मंगो कि सानूं शुद्ध वातावरण चाहीदा, असीं पैसियां ते वोट नहीं पावांगे, असीं शराब दी सानूं लोड़ नहीं, सानूं तां साफ वातावरण दो, असीं ते मंगदे जी। सारा टोटल जिहड़ा हैगा सारा ही मसला कि गल सारे पूरे पंजाब दे विच ਇਹ ਜਿਹੜਾ ਬੁੱਢਾ ਦਰਿਆ ਵਾ, ਇਸ ਤਰ੍ਹਾਂ ਕਾਲਾ ਸਿੰਘਾਂ ਡਰੇਨ ਆ, ਤੁੰਗ ਢਾਬ ਨਾਲਾ ਵਾ, ਘੱਗ ਦਰਿਆ ਘੱਗਰ ਆ, ਤੇ ਜਿੰਨੀਆਂ ਵੀ ਸਾਰੀਆਂ ਡਰੇਨਾਂ ਵਾ ਜਿਹੜੀਆਂ ਅਨਨੋਨ ਆ, ਜਿਹੜੀਆਂ ਕਿਉਂਕਿ ਇਹ ਤਾਂ ਮੀਡੀਆ ਦੇ ਕੈਮਰੇ ਸਾਹਮਣੇ ਆਈਆਂ, ਕੁਛ ਸਾਰੀਆਂ ਜਿਹੜੀਆਂ ਡਰੇਨਾਂ ਸਾਰੀਆਂ ਵਿੱਚ ਗੰਦਾ ਪਾਣੀ ਪੈਂਦਾ, ਉਹ ਕਦੋਂ ਰੁਕੂਗਾ, ਕਿਵੇਂ ਰੁਕੂਗਾ, ਉਹਦੇ ਉੱਤੇ ਕਿਸ ਤਰ੍ਹਾਂ ਹੈ ਇਹ ਸਾਰਾ ਇਨਵਾਇਰਮੈਂਟ ਨੂੰ। ਜਿਹੜੀ ਦਰਖਤਾਂ ਦੀ ਕਟਾਈ ਲਗਾਤਾਰ ਹੋ ਰਹੀ ਹੈ, ਬੁੱਢੇ ਦਰਖਤ ਲਾਣੇ, ਸਾਰਾ ਇਹ ਸਾਰਾ ਕੁਛ ਇਨਵਾਇਰਮੈਂਟ ਦਾ ਪੂਰਾ, ਕਿ ਉਹਦੇ ਵਾਸਤੇ ਸਾਡਾ ਜਿਹੜਾ ਪੰਜਾਬ ਆ ਇਹਦੇ ਵਿੱਚ ਜਦੋਂ ਪੰਜਾਬ ਪਹਿਲਾਂ ਪੰਜਾਬ ਦੇ ਵਿੱਚ 33% ਸੀ ਜਦੋਂ ਸਾਡਾ ਪਹਿਲਾਂ, ਹੁਣ ਇਹ ਜਿਹੜਾ ਹੈਗਾ 5% ਤੋਂ ਵੀ ਥੱਲੇ ਚਲੇ ਗਿਆ। ਇਹ ਕਟਾਈ ਹੋਈ ਹੈ, ਗਾਹ ਅਸੀਂ ਇਹਨੂੰ ਹਰਿਆ ਭਰਿਆ ਕਿੱਦਾਂ ਕਰਾਂਗੇ, ਸਾਰਾ ਗ੍ਰੀਨ ਏਜੰਡਾ ਹਰ ਪੋਲੀਟੀਕਲ ਪਾਰਟੀ ਇਹਨੂੰ ਮੁੱਖ ਮੁੱਦਾ ਬਣਾਵੇ, ਚੋਣ ਮੈਨੀਫੈਸਟੋ ਚ ਪਾਉਣਾ ਹੀ ਨਹੀਂ, ਉਹਦੇ ਉੱਤੇ ਦੱਸਣ ਕਿ ਅਸੀਂ ਇਹਨੂੰ ਕਿੱਦਾਂ ਕਰਾਂਗੇ। ਪਾਉਣਾ ਤਾਂ ਹੁਣ ਸਾਰਾ ਹੀ, ਜੇ 4 ਪੇਜ ਆ 5 ਪੇਜ ਉਹ ਸਾਰੇ ਪਾਲਣਗੇ, ਕਿਸੇ ਨੂੰ ਕੋਈ 4 ਪੇਜਾਂ ਦੀ ਸਫਾਈ ਦਾ ਕੋਈ ਵੱਡੀ ਗੱਲ ਨਹੀਂ, ਉਹਨੂੰ ਕਿਵੇਂ ਲਾਗੂ ਹੋਣਗੇ। ਇਹਦੇ ਉੱਤੇ ਜਿਹੜੀ ਹੈਗੀ ਅੱਜ ਮੰਥਨ ਹੋ ਰਿਹਾ, ਜਿਹਦੇ ਵਿੱਚ ਮਹਾਂਪੁਰਸ਼ ਵੀ ਆਏ, ਬਾਬਾ ਸੇਵਾ ਸਿੰਘ ਜੀ, ਬੀਬੀ ਜਿਹੜੀ ਹੈ ਇੰਦਰਜੀਤ ਕੌਰ ਜਿਹੜੀ ਹੈ ਬਿਜਲਵਾੜੇ ਤੋਂ, ਹੋਰ ਸਾਰੇ ਜਿੰਨੇ ਕਾਨ ਸਿੰਘ ਜੀ ਪੰਨੂ ਤੋਂ, ਹੋਰ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ, ਪੱਤਰਕਾਰ ਜਿਹੜੇ ਚਿੰਤਤ ਆ, ਉਹ ਸਾਰੇ ਇਹਦੇ ਉੱਤੇ ਅੱਜ ਮੰਥਨ ਕਰ ਰਹੇ ਆ। ਤੇ ਜਿਹੜਾ ਲੁਧਿਆਣਾ ਸਭ ਤੋਂ ਪੋਲਿਊਟਡ ਸ਼ਹਿਰ ਆ, ਇਸ ਕਰਕੇ ਇਹਨੂੰ ਚੁਣਿਆ ਗਿਆ ਕਿ ਇੱਥੋਂ ਇਹਨਾਂ ਦੇ ਲੋਕਾਂ ਨੂੰ ਇੱਥੋਂ ਦੀ ਨੂੰ ਜਗਾਇਆ ਜਾਵੇ ਕਿ ਜਿਹੜੇ ਬਿਲਕੁਲ ਗੰਦੇ ਵਾਤਾਵਰਣ ਜੀ ਰਹੇ ਆ, ਤੁਸੀਂ ਕਿਉਂ ਨਹੀਂ ਮੰਗਦੇ ਕਿ ਸਾਨੂੰ ਸਾਫ ਸੁਥਰਾ। ਪੋਲੀਟੀਕਲ ਪਾਰਟੀਆਂ ਨਾਲ ਗੱਲਬਾਤ ਕੀਤੀ ਜਾ ਰਹੀ, ਪੋਲੀਟੀਕਲ ਪਾਰਟੀਆਂ ਨੂੰ ਸਾਰਿਆਂ ਨੂੰ ਈਮੇਲ ਕੀਤੀ ਹੈ, ਬੁਲਾਇਆ, ਉਹਨਾਂ ਦੇ ਜਿਹੜੇ ਨੁਮਾਇੰਦੇ ਆਉਣਗੇ ਆਪਣਾ ਪੱਖ ਰੱਖਣਗੇ।